ਸੱਤ ਸਮੁੰਦਰ ਪਾਰ ਅਮਰੀਕਾ ਤੋਂ ਪੰਜਾਬ ਆਇਆ ਇੱਕ ਜੋੜਾ। ਅਮਰੀਕਾ ਤੋਂ ਪੰਜਾਬ NRI ਦੰਪਤੀ ਆਪਣੇ ਕਿਸੇ ਕਰੀਬੀ ਦੇ ਵਿਆਹ 'ਚ ਸ਼ਾਮਲ ਹੋਣ ਆਇਆ ਸੀ। ਅਮਰੀਕਾ ਦੀਆਂ ਸੜਕਾਂ ਨੂੰ ਭਾਰਤ ਦੇ ਮੁਕਾਬਲੇ ਐਕਸੀਡੈਂਟਾਂ ਦੇ ਮਾਮਲੇ 'ਚ ਸੁਰੱਖਿਅਤ ਮੰਨਿਆ ਜਾਂਦਾ ਹੈ। ਪਰ ਅਮਰੀਕਾ ਤੋਂ ਫਿਰੋਜ਼ਪੁਰ ਦੇ ਜ਼ੀਰਾ ਦੇ ਵਿੱਚ ਆਏ ਇੱਕ ਦੰਪਤੀ ਨੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਏਗਾ ਕਿ ਇਹ ਸਫ਼ਰ ਉਹਨਾਂ ਦੀ ਜ਼ਿੰਦਗੀ ਦਾ ਆਖਰੀ ਸਫ਼ਰ ਹੋਣ ਵਾਲਾ ਹੈ। ਇਹ ਤਸਵੀਰਾਂ ਜ਼ੀਰਾ ਦੀਆਂ ਨੇ। ਇੱਥੇ NRI ਪਤੀ ਪਤਨੀ ਕਾਰ 'ਚ ਸਵਾਰ ਹੋ ਕੇ ਜਾ ਰਹੇ ਸਨ। ਸਾਹਮਣੇ ਆ ਰਹੀ ਤੇਜ਼ ਰਫ਼ਤਾਰ ਗੱਡੀ ਨੂੰ ਵੇਖ ਕੇ ਇਹਨਾਂ ਦੀ ਕਾਰ ਕੱਚੇ ਰਸਤੇ 'ਤੇ ਉਤਰ ਗਈ। ਕੱਚੇ ਰਸਤੇ ਤੋਂ ਗੱਡੀ ਨੂੰ ਸੰਭਾਲਣਾ ਔਖਾ ਹੋ ਗਿਆ ਅਤੇ ਗੱਡੀ ਸਿੱਧਾ ਸਫ਼ੇਦੇ 'ਚ ਜਾ ਵੱਜੀ। ਘਟਨਾ ਦੀ ਸੂਚਨਾ ਮਿਲਦੇ ਹੀ ਪੰਜਾਬ ਪੁਲਿਸ ਮੌਕੇ 'ਤੇ ਪਹੁੰਚੀ, ਪਰ ਉੱਥੇ ਦੋਨਾਂ ਦੀ ਮੌਤ ਹੋ ਚੁੱਕੀ ਸੀ। NRI ਆਪਣੇ ਕਿਸੇ ਕਰੀਬੀ ਦੇ ਵਿਆਹ 'ਤੇ ਆਇਆ ਸੀ, ਤੁਸੀਂ ਆਪ ਹੀ ਸੁਣੋ। ਅਤੇ ਉੱਥੋਂ ਮੇਰਾ ਪਿਆਰ ਵੱਧ ਗਿਆ ਅਤੇ ਮੇਰੇ ਦੋਹਤੇ ਦਾ ਵਿਆਹ ਸੀ ਅਤੇ ਮੇਰਾ ਉਹਨੇ ਸਮਾਨ ਵੀ ਉੱਥੋਂ ਉੱਧਰੋਂ ਫੜਾਇਆ ਸੀ ਮੈਨੂੰ ਇਹਦਾ। ਮੈਂ ਕਿਹਾ ਵੀ ਨਾਲੇ ਤਾਂ ਵਿਆਹ ਵੇਖ ਜੂ, ਨਾਲੇ ਆਪਦਾ ਸਮਾਨ ਲੈ ਜੂਗਾ। ਅਤੇ ਮੈਂ ਹੀ ਸੱਦਿਆ ਸੀ ਅਤੇ ਮੇਰੇ ਨਾਲ ਗੱਲਾਂ ਕਰਕੇ ਤੁਰੇ ਆ ਜੀ, ਦੂਰ ਜਾਣਾ ਅਤੇ ਅਸੀਂ ਤਾਂ ਜਾਂਦੇ ਹਾਂ ਬਾਈ ਵਾਰ ਨੇ ਕਰਕੇ। ਉੱਥੋਂ ਚੰਗੇ ਭਰੇ ਤੁਰੇ ਅਤੇ ਇੱਥੇ ਮੇਰ ਸਿਆਉਣਾ ਕਿ ਜੂਰਾ ਪਿੰਡ ਲੰਘਦੇ ਦੇ ਸੁੱਖੇ ਵਾਲਾ ਲੰਘਦੇ ਦੇ ਐਕਸੀਡੈਂਟ ਹੋ ਗਿਆ, ਸਫੈਦੇ 'ਚ ਵੱਜੀ ਗੱਡੀ ਅਤੇ ਦੋਵਾਂ ਜੀਆਂ ਦੀ ਡੈਥ ਹੋ ਗਈ ਜੀ। ਕਈ ਸਾਨੂੰ ਤਾਂ ਉੱਥੇ ਪਤਾ ਲੱਗਾ ਹਸਪਤਾਲ 'ਚ ਪੈਲਸ ਜੀ, ਅਸੀਂ ਉੱਥੋਂ ਭੱਜੇ ਆਏ ਹਾਂ। ਇਹਨਾਂ ਦਾ ਕੀ ਨਾਂ ਹੈ ਅਤੇ ਇਹ ਪੱਕੇ ਅਮੈਰੀਕਾ ਰਹਿਣ ਵਾਲੇ? ਪੱਕੇ ਅਮੈਰੀਕਾ 'ਚ ਇਹਦਾ ਮੁੰਡਾ ਉੱਥੇ ਹੈ ਇੱਕ। ਅਤੇ ਨਾਂ ਕੀ ਇਹਨਾਂ ਦਾ? ਨਾਂ ਅਮਰਜੀਤ।